ਭਾਈ ਨੇ ਜਦੋਂ ਬੈਠ ਕੇ ਮੈਂ ਵੈਨਿਟੀ 'ਚ ਜਦੋਂ ਅਸੀਂ ਲਾਸਟ ਟਾਈਮ ਜਿੱਦਣ ਮਹੂਰਤ ਸ਼ੋਰਟ ਸੀ ਅਸੀਂ ਬੈਠੇ ਸੀ ਤਾਂ ਕਾਫੀ ਚੀਜ਼ਾਂ ਜਦੋਂ ਅਸੀਂ ਬੈਠਦੇ ਕੁਛ ਲਰਨ ਕਰਨ ਨੂੰ ਮਿਲਦਾ ਕੁਛ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਐਜ਼ ਐਨ ਆਰਟਿਸਟ ਬਹੁਤ ਵਧੀਆ ਇਨਸਾਨ ਵੀ ਨੇ ਅਤੇ ਆਰਟਿਸਟ ਵੀ ਬਹੁਤ ਵਧੀਆ ਨੇ ਇੱਕ ਸਕਰੀਨ ਪ੍ਰੈਜੈਂਸ ਜਿਹੜੀ ਹੈ ਨਾ ਉਹ ਡਿਫਰੈਂਟ ਹੀ ਹੈ ਇੱਕ ਜਿਹੜੀ ਆਰਟਿਸਟ ਮੰਗਦਾ ਕਿਉਂਕਿ ਜਦੋਂ ਕਾਫੀ ਟਾਈਮ ਪਹਿਲਾਂ ਜਦੋਂ ਫਿਲਮਾਂ ਚੱਲੀਆਂ ਨੇ ਸਾਡੀਆਂ ਬਾਲੀਵੁੱਡ ਦੇ ਵਿੱਚ ਜਦੋਂ ਜਿਨ੍ਹਾਂ ਨੂੰ ਬਾਲੀਵੁੱਡ ਦੀਆਂ ਅਸੀਂ ਫਿਲਮਾਂ ਪੱਡੀਆਂ ਕਹਿ ਦਿੰਦੇ ਹਾਂ ਉਦੋਂ ਇੱਕ ਆਰਟਿਸਟ ਦੀ ਪ੍ਰੈਜੈਂਸ ਹੁੰਦੀ ਸੀ ਜਿਹੜੀ ਵੀਰੇ ਨੇ ਗੱਲ ਕੀਤੀ ਨਾ ਸਿੰਧੀ ਨੇ ਵੀ ਚੱਪਲਾਂ ਵਾਲੀ ਜਦੋਂ ਬਾਈ ਪੰਮੇ ਦਾ ਮੈਨੂੰ ਸੁਣਾਈ ਕਹਿੰਦੇ ਵੀ ਏਦਾਂ ਏਦਾਂ ਕਰੈਕਟਰ ਹੈ ਹੁਣ ਮੈਂ ਦੱਸਿਆ ਨਾ ਤੁਹਾਨੂੰ ਫਿਲਮੀ ਬਹੁਤ ਆ ਤੇ ਮੇਰੇ ਦਿਮਾਗ 'ਚ ਚੱਲੇ ਵੀ ਚਿੱਟੇ ਉੱਚੀ ਗੱਡੀ ਵਾਲੇ ਬੂਟ ਤੇ ਸੈਡ ਤੇ ਜਿੱਪ ਵੀ ਉਹ ਹੂ ਤੇ ਬੈਲ ਫਰਮ 65,000 ਦੇ ਪਾਈ ਹੋਊਗੀ ਉਹ ਕਿਰ ਬੁੜ ਰਹੂ ਬਾਈ ਕਹਿੰਦਾ ਕੁਛ ਨਹੀਂ ਇੱਕ ਇਹਨੂੰ ਕੁੜਤਾ ਸਵਾ ਦਿਓ ਤੇ ਇੱਕ ਦੇ ਪਜਾਮਾ ਤੇ ਨਾਲ ਦੇ ਦਿਓ ਚੱਪਲਾਂ ਨਵੀਆਂ ਨਹੀਂ ਨਵੀਆਂ ਬੰਦੇ ਨੂੰ ਦੇ ਦਿਓ ਤੇ ਉਹਦੀਆਂ ਪੁਰਾਣੀਆਂ ਲੈ ਲਓ ਬਾਕੀ ਦਿੱਤਿਆ ਭਾਜੀ ਕਿਪੀ ਭਾਜੀ ਸਾਰੇ ਵੱਡੇ ਨੇ ਤੇ ਸਾਰਿਆਂ ਦੀ ਰਿਸਪੈਕਟ ਕਰਦਾ ਮੈਂ ਤੇ ਬਾਕੀ ਬਾਈ ਨਾਲ ਪੰਮੇ ਬਾਈ ਨਾਲ ਕੰਮ ਕਰਕੇ ਸਾਡਾ ਫਿਲਹਾਲ ਫਸਟ ਡੇ ਇੱਕ ਸ਼ੂਟ ਹੋਇਆ ਸਾਡਾ ਤੇ ਕੱਲ ਨੂੰ ਹੈ ਤੇ ਬਹੁਤ ਵਧੀਆ ਲੱਗਾ ਮੈਂ ਤਾਂ ਹਲੇ ਚਲੋ ਐਜ਼ ਐਨ ਆਰਟਿਸਟ ਵੀ ਛੋਟਾ ਤੇ ਬਹੁਤ ਕੁਛ ਸਿੱਖਣ ਨੂੰ ਵੀ ਮਿਲ ਰਿਹਾ ਮੈਨੂੰ ਬਾਈ ਤੋਂ ਬਾਕੀ ਮਾਹੌਲ ਬਹੁਤ ਵਧੀਆ ਹੁੰਦਾ ਸੈੱਟ ਤੇ ਜਦੋਂ ਅਸੀਂ ਇੱਕ ਦੂਸਰੇ ਨਾਲ ਬਾਈ ਨੇ ਜਦੋਂ ਬੈਠ ਕੇ ਮੈਂ ਵੈਨਿਟੀ 'ਚ ਜਦੋਂ ਅਸੀਂ ਲਾਸਟ ਟਾਈਮ ਜਿੱਦਣ ਮਹੂਰਤ ਸ਼ੋਰਟ ਸੀ ਅਸੀਂ ਬੈਠੇ ਸੀ ਤੇ ਕਾਫੀ ਚੀਜ਼ਾਂ ਜਦੋਂ ਅਸੀਂ ਬੈਠਦੇ ਕੁਛ ਲਰਨ ਕਰਨ ਨੂੰ ਮਿਲਦਾ ਕੁਛ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਐਜ਼ ਐਨ ਆਰਟਿਸਟ ਬਹੁਤ ਵਧੀਆ ਇਨਸਾਨ ਵੀ ਨੇ ਤੇ ਆਰਟਿਸਟ ਵੀ ਬਹੁਤ ਵਧੀਆ ਨੇ ਸੋ ਤੇ ਟ੍ਰੇਲਰ ਤਾਂ ਮੈਂ ਕਿੰਨੇ ਬਾਰਡਰਾਂ ਤੇ ਸ਼ੂਟ ਕੀਤਾ ਹੋਇਆ ਇਹਨਾਂ ਨੇ ਤੇ ਉਹ ਸਾਰਾ ਜਿੰਨਾ ਵੀ ਫਰਮਾਇਆ ਹੋਇਆ ਤੇ ਬਾਈ ਦੀ ਮੈਂ ਕਹਿੰਦਾ ਇੱਕ ਸਕਰੀਨ ਪ੍ਰੈਜੈਂਸ ਜਿਹੜੀ ਹੈ ਨਾ ਉਹ ਡਿਫਰੈਂਟ ਹੀ ਹੈ ਇੱਕ ਜਿਹੜੀ ਆਰਟਿਸਟ ਮੰਗਦਾ ਕਿਉਂਕਿ ਜਦੋਂ ਕਾਫੀ ਟਾਈਮ ਪਹਿਲਾਂ ਜਦੋਂ ਫਿਲਮਾਂ ਚੱਲੀਆਂ ਨੇ ਸਾਡੀਆਂ ਬਾਲੀਵੁੱਡ ਦੇ ਵਿੱਚ ਜਦੋਂ ਜਿਨ੍ਹਾਂ ਨੂੰ ਬਾਲੀਵੁੱਡ ਦੀਆਂ ਅਸੀਂ ਫਿਲਮਾਂ ਵੱਡੀਆਂ ਕਹਿ ਦਿੰਦੇ ਹਾਂ ਉਦੋਂ ਇੱਕ ਆਰਟਿਸਟ ਦੀ ਪ੍ਰੈਜੈਂਸ ਹੁੰਦੀ ਸੀਗੀ ਜਦੋਂ ਵੀ ਸਾਡੇ ਪੁਰਾਣੇ ਜਿਹੜੇ ਵੀ ਆਰਟਿਸਟ ਨੇ ਉਹਨਾਂ ਦੀ ਡਾਇਲੋਗ ਡਿਲੀਵਰੀ ਉਹਨਾਂ ਦਾ ਬੈਠਣ ਦਾ ਸਟਾਈਲ ਉਹ ਇੱਕ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਔਰਾ ਹੁੰਦਾ ਸੀ ਸੋ ਪੰਜਾਬੀ ਜੇ ਮੈਂ ਕਹਿ ਸਕਦਾ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਬਾਈ ਲੈ ਕੇ ਆਇਆ ਉਹ ਔਰਾ ਸੋ ਔਰਾ ਇੰਨਾ ਸੋਹਣਾ ਲੈ ਕੇ ਆਇਆ ਮਤਲਬ ਕਿ ਡਾਇਲੋਗ ਡਿਲੀਵਰੀ ਕਰੈਕਟਰ ਨੂੰ ਫੜਨਾ ਜੇ ਚੱਪਲਾਂ 'ਚ ਹੀ ਆ ਤਾਂ ਚੱਪਲਾਂ 'ਚ ਹੀ ਕਰੈਕਟਰ ਕਿੱਦਾਂ ਫੜਨਾ ਸੋ ਬਹੁਤ ਕੁਛ ਸਿੱਖਣ ਨੂੰ ਮਿਲਦਾ ਮੈਂ ਤਾਂ ਹਲੇ ਚਲੋ ਬਹੁਤ ਛੋਟਾ ਜੀ ਮੇਰੀਆਂ ਬਹੁਤ ਬੈਸਟ ਵਿਸ਼ਿਸ ਨੇ ਬਾਈ ਜੀ ਦੇ ਨਾਲ ਸੋ ਜਿੰਨੀ ਵੀ ਟੀਮ ਬੈਠੀ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੇਰੀਆਂ ਜੀ ਥੈਂਕ ਯੂ ਸੋ ਮਚ ਜਿਹੜੀ ਵੀਰੇ ਨੇ ਗੱਲ ਕੀਤੀ ਨਾ ਸਿੰਧੀ ਨੇ ਵੀ ਚੱਪਲਾਂ ਵਾਲੀ ਜਦੋਂ ਬਾਈ ਪੰਮੇ ਦਾ ਮੈਨੂੰ ਸੁਣਾਈ ਕਹਿੰਦੇ ਵੀ ਏਦਾਂ ਏਦਾਂ ਕਰੈਕਟਰ ਹੈ ਹੁਣ ਮੈਂ ਦੱਸਿਆ ਨਾ ਤੁਹਾਨੂੰ ਫਿਲਮੀ ਬਹੁਤ ਆ ਤੇ ਮੇਰੇ ਦਿਮਾਗ 'ਚ ਚੱਲੇ ਵੀ ਚਿੱਟੇ ਉੱਚੀ ਗੱਡੀ ਵਾਲੇ ਬੂਟ ਤੇ ਸੈਡ ਤੇ ਜਿੱਪ ਵੀ ਉਹ ਹੋਊ ਤੇ ਬੈਲ ਫੜਮ 65,000 ਦੇ ਪਾਈ ਹੋਊਗੀ ਉਹ ਕਿਰ ਬੁੜ ਰਹੂ ਬਾਈ ਕਹਿੰਦਾ ਕੁਛ ਨਹੀਂ ਇੱਕ ਇਹਨੂੰ ਕੁੜਤਾ ਸਵਾ ਦਿਓ ਤੇ ਇੱਕ ਦੇ ਦਿਓ ਪਜਾਮਾ ਤੇ ਨਾਲ ਦੇ ਦਿਓ ਚੱਪਲਾਂ ਨਵੀਆਂ ਨਹੀਂ ਨਵੀਆਂ ਬੰਦੇ ਨੂੰ ਦੇ ਦਿਓ ਤੇ ਉਹਦੀਆਂ ਪੁਰਾਣੀਆਂ ਲੈ ਲਓ ਸੋ ਚੱਪਲਾਂ ਨੇ ਬਹੁਤ ਮੇਰੀ ਬਿਲਕੁਲ ਜਿਵੇਂ ਆਪਾਂ ਚੱਪਲਾਂ ਪਾ ਕੇ ਕਿਸੇ ਸਫ਼ਰ ਤੇ ਜਾਂਦੇ ਹਾਂ ਤੇ ਬਾਈ ਜੀ ਨੇ ਐਸੀਆਂ ਚੱਪਲਾਂ ਪਾਉਂਦੀਆਂ ਵਾਹਿਗੁਰੂ ਧੰਨ ਨਾਨਕ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖਣ ਉਹ ਮੈਂ ਉਹ ਸਫ਼ਰ ਨੂੰ ਤੁਰਿਆ ਹੋਇਆ ਔਰ ਉਹ ਬਹੁਤ ਵਧੀਆ ਜਾ ਰਿਹਾ ਬੜਾ ਵਧੀਆ ਜਾ ਰਿਹਾ